ਕਬੱਡੀ ਫੌਜੀ ਪਰਿਵਾਰ ਦਾ ਨਵੇਂ ਸ਼ਹਿਰ ਦੇ ਰੱਕਣਾ ਢਾਏ ਵਾਲਾ ਮੈਨੂੰ ਮਿੱਤਰੋ ਕਬੱਡੀ ਪਾ ਰਿਹਾ ਹੈ, ਜਿੱਥੋਂ ਦਾ ਬੈਂਟੀ ਆਸਟ੍ਰੇਲੀਆ ਵਿੱਚ ਵੱਸਦਾ ਤੇ ਬੜਾ ਵਧੀਆ ਕਹਿੰਦੇ ਰਾਈਟਰ ਵੀ ਆ ਬੈਂਟੀ ਰੱਕਣਾ ਢਾਇਆ ਵਾਲਾ, ਇਹ ਉਸੇ ਪਿੰਡ ਦਾ। ਹੈਪੀ ਫੈਸਲਾ ਵਿਕਰਮਜੀਤ ਪੰਧੇਰ ਜੀ, ਤੁਸੀਂ ਕਰਨਾ ਹੈ ਇਹ ਜਾਫੀ। ਕਹਿੰਦੇ ਖੁਸ਼ ਹੈ, ਨਹਿਰਾਂ ਬੜੀਆਂ ਆਉਂਦੀਆਂ ਪਰ ਅਠਵਾਲ ਨਹਿਰ ਦੇ ਉੱਤੇ ਮੁੰਡੇ ਦਾ ਅਠਵਾਲ ਹੈ ਮੇਰੇ ਮਿੱਤਰੋ ਪਿੰਡ ਹੈ, ਇਹ ਆ ਖੁਸ਼ ਅਠਵਾਲਾ ਵਾਲਾ ਏਰੀਏ ਦਾ। ਖੇਡਣ ਗੱਭਰੂ ਮੁੰਡੇ ਕੌਡੀਆਂ ਪੈ ਲਿਸ਼ਲਿਸ਼ ਕਰਨ ਸਰੀਰ, ਇਹਨਾਂ ਤੇ ਰੱਖਣ ਰਹਿਮਤਾਂ ਗੁਰੂ ਨਾਨਕ ਜਿਹੇ ਫਕੀਰ। ਇਹ ਪੁੱਤ ਨੇ ਉਸ ਪੰਜਾਬ ਦੇ ਜਿਹਦੇ ਵਿੱਚ ਜੰਮੀ ਹੀਰ, ਜਿੱਥੇ ਗੱਲ ਸੋਹਣੀ ਦੇ ਇਸ਼ਕ ਦੀ ਕਰੇ ਝਨਾਰਾ ਨੀਰ, ਸਾਧ ਆਟਮ ਸਰਬਰ ਫਿੱਟੇ ਜੋ ਕਰ ਗਏ ਕਬੱਡੀ ਦੀ ਅਖੀਰ। ਇਹ ਬਾਹਰ ਸਰਜੀਤ ਬਰਾੜ ਦੇ ਜਿਹਨੂੰ ਮੰਨਣ ਪੰਜਾਬੀ ਪੀਰ। ਇੱਧਰ ਜੋਤਾ ਡੱਲੇ ਵਾਲਾ ਚਿੱਟੇ ਨੂੰ ਯਾਰ ਕਰ ਰਿਹਾ ਪਰ ਚਿੱਟਾ ਨਹੀਂ ਆਉਣਾ, ਚਿੱਟੇ ਨੂੰ ਮੌਤ ਨੇ ਜੱਫਾ ਲਾਇਆ, ਮੌਤ ਦੇ ਜੱਫੇ ਚੋਂ ਕੋਈ ਨਹੀਂ ਛੁੱਟਦਾ। ਉੱਧਰ ਖੁਸ਼ ਹਟਵਾਲਾ ਵਾਲਾ ਤਾੜੀ ਮਾਰ ਦਿਓ ਦਰਸ਼ਕ ਵੀ ਦਿਓ ਨਾ, ਉੱਤੇ ਨੰਬਰ ਵੀ ਨਹੀਂ ਰੁਕਦੇ। 28 28 ਓਏ ਆਉਂਦਾ ਨਜ਼ਾਰਾ ਭਾਈ, ਆਉਂਦਾ ਨਜ਼ਾਰਾ ਭਾਈ। ਉਹ ਬਰਗਰ ਖਾ ਕੇ ਨਹੀਂ ਡੌਲੇ ਬਣਦੇ, ਰੈੱਡ ਬੋਲ ਦੇ ਕਹਿਣ ਨਹੀਂ ਫੁਲਾਉਂਦੇ ਛਾਤੀਆਂ। ਜਿਹਨਾਂ ਵਿੱਚ ਗੱਲਬਾਤ ਕੋਈ ਹੁੰਦੀ ਵੱਖਰੀ, ਉਹਨਾਂ ਨੂੰ ਹੀ ਭੀੜਾਂ ਵਿੱਚੋਂ ਵੱਜਣ ਝਾਤੀਆਂ। ਲੋਕਾਂ ਦੀਆਂ ਨਿਗਾਹਾਂ ਵਿੱਚ ਬਣਨਾ ਹੈ ਪੈਂਦਾ ਕਮਲੇ, ਜੇਕਰ ਮੰਜ਼ਿਲਾਂ ਦਾ ਉੱਚਾ ਹੋਵੇ ਕੋਈ ਪਹਾੜ ਚੜ੍ਹਨਾ, ਜਿੱਤ ਸੌਖੀ ਨਹੀਂ ਹੁੰਦੀ ਉਹ ਬਰੇਟੇ ਵਾਲਿਆਂ ਨਸੀਬਾਂ 'ਚ, ਪਹਿਲਾਂ ਹਾਰਾਂ ਵਾਲਾ ਕਈ ਵਾਰੀ ਪੈਂਦਾ ਕਾਇਦਾ ਪੜ੍ਹਨਾ। ਅਠਵਾਲਾਂ ਵਾਲੇ ਖੁਸ਼ ਨੇ, ਜੱਫਾ ਲਾ ਲਾ ਕੇ ਧੰਨ ਧੰਨ ਕਰਵਾ ਦਿੱਤੀ ਹੈ।